ਨਹੀਂ ਤੇ ਗਰੀਬ ਸਿੱਖਣੇ ਆ ਗੁਰੂ ਸਾਹਿਬ ਦੇ ਉਸਤਾਦਾਂ ਦੇ ਪੈਰੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੱਲੂ ਦਾ ਅਖਾੜਾ ਹੰਡਿਆਲਾ ਬਾਬੂ ਦੀਪ ਸਿੰਘ ਹੰਡਿਆਲਾ ਦੁਕਾਨ ਨਹੀਂ ਪਾਉਂਦਾ ਬਾਬਾ ਦੀਪ ਸਿੰਘ ਮੈਂ ਸੰਗਤ ਤੋਂ ਪੁੱਛ ਲਿਆ ਕਰਨਾ ਚਾਹੀਦਾ ਵਾ ਬੋਤਲ ਲਿਆ ਠੰਡੀ ਲਿਆ ਇਹ ਕੰਮ ਨਾ ਕਰੋ ਠੰਡਾ ਇੱਕ ਕੱਪ ਪਾਣੀ ਲੈ ਜਾਓ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਫਿਰ ਕਿੱਦਾਂ ਜੀਣਾ ਜੇ ਵੇਖੋ ਤੁਸੀਂ ਮੰਨਦੇ ਗੁਰੂ ਸਾਹਿਬ ਨਾਮ ਜੇ ਵੀ ਵੇਖੋ ਗੁਰੂ ਗ੍ਰੰਥ ਸਾਹਿਬ ਮੰਨਦੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆ ਆ ਗਿੱਲ ਸਲੂਨ ਤੇ ਇੱਥੇ ਨਾਈ ਦੀ ਦੁਕਾਨ ਤੇ ਅੱਜ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਤੇ ਪਾਠ ਕੀਤਾ ਗਿਆ ਇੱਥੇ ਇਹ ਪਰਿਵਾਰ ਵਾਲੇ ਨੇ ਤੇ ਆ ਨੇ ਗ੍ਰੰਥੀ ਸਿੰਘ ਇਹ ਗ੍ਰੰਥੀ ਸਿੰਘ ਹੁਣਾਂ ਨੇ ਬਾਣੀ ਪੜ੍ਹੀ ਇੱਥੇ ਆ ਕੇ ਮਹਾਰਾਜ ਦੀ ਚਲੋ ਸਾਨੂੰ ਪਤਾ ਲੱਗਾ ਭਾਈ ਬਲਬੀਰ ਸਿੰਘ ਮੁਛਲ ਹੁਣਾਂ ਨੇ ਫੋਨ ਕੀਤਾ ਵੀ ਉੱਥੇ ਜਾ ਕੇ ਵੇਖੋ ਅਤੇ ਜਦੋਂ ਅਸੀਂ ਇੱਥੇ ਆਏ ਹਾਂ ਤਾਂ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀਗਾ ਬਾਣੀ ਪੜ੍ਹੀ ਜਾ ਰਹੀ ਅਤੇ ਬਾਣੀ ਪੜ੍ਹਨ ਉਪਰੰਤ ਅੰਦਰ ਹੀ ਬਹਿ ਕੇ ਇਹਨਾਂ ਨੇ ਪ੍ਰਸ਼ਾਦਾ ਛਕਿਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਤੇ ਹੁਣ ਇਹ ਗ੍ਰੰਥੀ ਸਿੰਘ ਨੇ ਅਤੇ ਆਹ ਪਰਿਵਾਰ ਆ ਜੀ ਇਹ ਕਹਿ ਰਹੇ ਨੇ ਵੀ ਸਾਨੂੰ ਮਾਫ਼ ਕੀਤਾ ਜਾਵੇ ਸਾਡੇ ਕੋਲ ਗਲਤੀ ਹੋ ਗਈ ਹੈ ਇਹ ਜਿਹੜੀ ਸਾਰੀ ਗੱਲ ਹੈ ਸੰਗਤ 'ਤੇ ਛੱਡਦੇ ਹਾਂ ਆਪਾਂ ਵੀ ਸੰਗਤ ਹੀ ਦੱਸੇ ਵੀ ਇਹਨਾਂ ਦਾ ਕੀ ਕਰਨਾ ਆ ਮੇਰਾ ਖਿਆਲ ਹਜ਼ਾਰ ਨਾਈ ਦੀਆਂ ਦੁਕਾਨਾਂ ਹੋਣੀਆਂ ਸੀ ਕਦੀ ਕਿਸੇ ਤੇ ਗਏ ਨੀ ਗੇ ਤੁਹਾਡੀ ਦੁਕਾਨ ਤੇ ਕਿਉਂ ਆਏ ਆ ਵੀ ਤੁਸੀਂ ਮਹਾਰਾਜ ਦਾ ਪ੍ਰਕਾਸ਼ ਕੀਤਾ ਇੱਥੇ ਹੁਣ ਬਾਬਾ ਜੀ ਨੇ ਕੀ ਅਰਦਾਸ ਕੀਤੀ ਹੋਊਗੀ ਵੀ ਇਹਨਾਂ ਦਾ ਕੰਮ ਜਿਹੜਾ ਵਧੀਆ ਚੱਲੇ ਚਲੋ ਮਹਾਰਾਜ ਤੁਸੀਂ ਸੋਚਣਾ ਉੱਥੇ ਬਹਿ ਕੇ ਹੀ ਹੋਏਗੀ ਭਾਅ ਜੀ ਥਾਣੇ ਬਹਿ ਕੇ ਹੋਣੀ ਗੱਲ ਇੱਥੇ ਨਹੀਂ ਮੁੱਕਣੀ ਵੀਰ ਹਾਂਜੀ ਗੁਰਮੁਖ ਪਿਆਰਿਓ ਦੱਸੋ ਹੁਣ ਵੀ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਕਿੱਥੇ ਸੁੱਤੀ ਆ ਅਤੇ ਜਿਹੜੇ ਜਥੇਦਾਰ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਕਿੱਥੇ ਆ ਆਹ ਜਿਹੜੇ ਕੰਮ ਹੁੰਦੇ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਜੇ ਪੰਜਾਬ ਤੋਂ ਬਾਹਰ ਹੋਵੇ ਤਾਂ ਮੰਨਿਆ ਜਾ ਸਕਦਾ ਵੀ ਉੱਥੇ ਸਿੱਖਾਂ ਦੀ ਗਿਣਤੀ ਘੱਟ ਆ ਹੈ ਇੱਥੇ ਜਿਹੜਾ ਮੱਕਾ ਸਾਡਾ ਇੱਥੇ ਹਰਿਮੰਦਰ ਸਾਹਿਬ ਆ ਇੱਥੇ ਸਾਡੀਆਂ ਵੱਧ ਜਿਹੜੀਆਂ ਸੰਸਥਾਵਾਂ ਸਿੱਖ ਸੰਸਥਾਵਾਂ ਇੱਥੇ ਆ ਅਤੇ ਇੱਥੇ ਹੀ ਇਹ ਹਾਲ ਹੁੰਦੇ ਆ ਦੱਸੋ ਹੁਣ ਕੀ ਕੀਤਾ ਜਾਵੇ ਇੱਥੇ